ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਕਿੰਨੇ ਯੂਨਟਾਂ ਤੇ ਕਿੰਨਾ ਬਿੱਲ ਪਵੇਗਾ ਸਾਰੀ ਜਾਣਕਾਰੀ ਦੇਣ ਜਾ ਰਿਹਾ ਦੋ ਕਿਲੋਵਾਟ ਤੱਕ ਦੇ ਕਨੈਕਸ਼ਨਾਂ ਤੇ ਨਵੀਆਂ ਦਰਮ ਤਾਬਕ 0 ਤੋਂ 100 ਯੂਨਟ ਬਿਜਲੀ ਦੀ ਖਪਤ ਲਈ ਦਰ ਹੈ ਜਿਹੜੀ 4.19 ਰੁਪਏ ਹੋਵੇਗੀ ਜਦੋਂ ਕਿ ਪਹਿਲਾਂ ਇਹ 3.99 ਪੀ ਸੀ ਇਸ ਦਰ ਵਿੱਚ 70 ਪੈਸੇ ਦਾ ਵਾਅਦਾ ਕੀਤਾ ਗਿਆ ਖਪਤਕਾਰਾਂ ਨੂੰ ਹੁਣ 1 101 ਤੋਂ 300 ਯੂਨਿਟ ਤੱਕ ਬਿਜਲੀ ਦੀ ਖਪਤ ਲਈ 6.64 ਪੈਸੇ ਦਾ ਭੁਗਤਾਨ ਕਰਨਾ ਹੋਵੇਗਾ ਜਦੋਂ ਕਿ ਪਹਿਲਾਂ ਇਹ 5.84 ਪੈਸੇ ਸੀ ਇਸ ਦਰ ਵਿੱਚ 80 ਪੈਸੇ ਪ੍ਰਤੀ ਯੂਨਿਟ ਵਾਅਦਾ ਕੀਤਾ ਗਿਆ 300 ਤੋਂ ਵੱਧ ਯੂਨਟਾਂ ਦਰਾਂ ਦੇ ਵਿੱਚ 45 ਪੈਸੇ ਦਾ ਵਾਅਦਾ ਕੀਤਾ ਗਿਆ ਪਹਿਲਾਂ ਇਹ ਜਿਹੜਾ 7.30 ਪੈਸੇ ਸੀ 2 ਤੋਂ 7 ਕਿਲੋਵਾਟ ਤੱਕ ਦੇ ਕਨੈਕਸ਼ਨਾਂ ਲਈ 0 ਤੋਂ 100 ਯੂਨਿਟ ਲਈ 4.44 ਰੁਪਏ 101 ਤੋਂ 300 ਯੂਨਿਟ ਲਈ 6.64 ਰੁਪਏ ਤੇ 300 ਯੂਨਿਟ ਤੋਂ ਵੱਧ ਖਪਤ ਲਈ 7.75 ਰੁਪਏ ਚਾਰਜ ਕੀਤੇ ਜਾਣਗੇ ਜਦੋਂ ਕਿ ਪਹਿਲਾਂ ਕਰਮਬਾਰ 3.74 ਰੁਪਏ ਜਿਹੜਾ ਸੀ ਤਾਂ ਤੁਹਾਨੂੰ ਦੱਸ ਦਈਏ ਬਦ ਤੋਂ ਬਦ ਵਾਧਾ 2 ਤੋਂ 7 ਕਿਲੋਵਾਟ ਦੇ ਵਿਚਕਾਰ ਕੀਤਾ ਗਿਆ 0 ਤੋਂ 300 ਯੂਨਿਟ ਤੱਕ ਖਪਤ ਦੇ ਜਿਹੜੇ 80 ਪੈਸੇ ਅਤੇ 300 ਤੋਂ ਵੱਧ ਯੂਨਟਾਂ ਤੇ 50 ਪੈਸੇ ਦਾ ਵਾਅਦਾ ਹੋਇਆ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਦੇ ਕਨੈਕਸ਼ਨਾਂ ਵਿੱਚ ਭਾਰੀ ਵਾਅਦਾ ਹੋਇਆ 0 ਤੋਂ 100 ਯੂਨਟ ਤੱਕ ਸਲੈਬ ਵਿੱਚ 70 ਰੁਪਏ 100 ਤੋਂ 300 ਯੂਨਟ ਤੱਕ 65 ਪੈਸੇ ਅਤੇ 300 ਯੂਨਟ ਤੋਂ ਉੱਪਰ ਦੀ ਖਪਤ ਲਈ 25 ਪੈਸੇ ਦਾ ਵਾਅਦਾ ਕੀਤਾ ਗਿਆ ਪਰ ਇਹ ਜਿਹੜਾ ਵਾਅਦਾ ਕੀਤਾ ਗਿਆ ਤਾਂ ਇਹ ਨਵੀਆਂ ਦਰਾਂ ਜਿਹੜੀਆਂ ਉਹ ਕੱਲ ਤੋਂ ਲਾਗੂ ਹੋ ਜਾਣੀਆਂ ਪੰਜਾਬ ਸਰਕਾਰ ਨੇ ਇਹਦੇ ਵਿੱਚ ਵਾਅਦਾ ਕਰ ਦਿੱਤਾ ਧੰਨਵਾਦ